ਵਿਧਾਨ ਸਭਾ ਚੋਣਾਂ ਨੂੰ ਕੁਛ ਹੀ ਦਿਨ ਬਾਕੀ ਨੇ ਤੇ ਸਾਰੇ ਉਮੀਦਵਾਰਰ ਵੱਲੋਂ ਆਪਣੇ ਆਪਣੇ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਾਬਕਾ ਕਾਉਂਸਲਰ ਸਰਬਜੀਤ ਕੌਰ ਜੀ ਗੱਲਬਾਤ ਕਰ ਲੈਣੇ ਮੈਡਮ ਕਿਹੋ ਜਿਹਾ ਦੇਣਾ ਹੋੜ ਥੋੜੇ ਰਹਿ ਗਏ ਐ ਇਲੈਕਸ਼ਨ ਨੂੰ ਲੈ ਕੇ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਤੇ ਕਿਹੋ ਜਿਹੀਆਂ ਤਿਆਰੀਆਂ ਇਕੋ ਇਲੈਕਸ਼ਨ ਦੇ ਦਿਨ ਤਾਂ ਥੋੜੇ ਰਹਿ ਗਏ ਨੇ ਪਰ ਹੰਗਾਰਾ ਇੰਨਾ ਕੁ ਵਧੀਆ ਮਿਲਦਾ ਜਿਸ ਤਰ੍ਹਾਂ ਘਰ ਦੇ ਵਿੱਚ ਵਿਆਹ ਦਾ ਚਾਹ ਹੁੰਦਾ ਨਾ ਇਹ ਇਲੈਕਸ਼ਨ ਦਾ ਚਾਹ ਵੀ ਇਸੇ ਤਰ੍ਹਾਂ ਆ ਬਹੁਤ ਲੋਕਾਂ ਵਿੱਚ ਉਤਸ਼ਾਹ ਆ ਕਿ ਅਸੀਂ ਇਸ ਵਾਰੀ ਜਿਹੜੀ ਆ ਕਾਲੀ ਧਾਲ ਤੇ ਸ਼੍ਰੋਮਣੀ ਅਕਾਲੀ ਦਲ ਤੇ BSP ਦੀ ਸਰਕਾਰ ਬਣਾਈਏ ਤਾਂ ਕਿ ਜਿਹੜੇ ਸਾਡੇ ਜਿੰਨੇ ਵੀ ਰਹਿੰਦੇ ਕੰਮ ਆ ਜਿਹੜੀਆਂ ਆ ਆਪਾਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਹ ਅਸੀਂ ਸਹੂਲਤਾਂ ਜਿਹੜੀਆਂ ਮਹਈਆ ਕਰਾਵਾਂਗੇ ਇਹ ਗੱਲ ਕੀਤੀ ਜਾਵੇ ਐਦਕੇ ਜਿਹੜਾ ਗੱਠ ਜੋੜ ਆ ਤੁਹਾਡਾ ਪਿਛਲੀ ਵਾਰ ਇਹ ਸ਼ਹਿਰੀ ਤੁਹਾਡਾ ਹਲਕਾ ਪੈ ਜਾਂਦਾ ਜ਼ਿਆਦਾਤਰ ਬੀਜੇਪੀ ਦਾ ਕਾਫੀ ਹੋਲਡ ਮੰਨਿਆ ਜਾਂਦਾ ਸੀਗਾ ਇੱਥੇ ਤੇ ਸੀਟ ਵੀ ਜਿਹੜੀ ਹੈ ਇਥੋਂ ਵਿਧਾਨ ਸਭਾ ਦੀ ਜਿਹੜੀ ਹੈ ਤੁਹਾਡਾ ਉਮੀਦਵਾਰ ਆਉਂਦਾ ਜਿਗਾ ਬੀਜੇਪੀ ਦੇ ਖਾਤੇ ਹੋਂਦਾ ਸੀਗਾ ਤੇ ਹੁਣ ਤੁਸੀਂ ਕਿੱਦਾਂ ਦੇਖਦੇ ਆ ਜਿਹੜਾ ਐ ਕਿ ਗੱਠ ਜੋੜਿਆ ਹੈ ਬੀਜੇਪੀ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਨੂੰ ਤੇ ਸੂਬਾ ਪ੍ਰਧਾਨ ਜਿਹੜੇ ਖੁਦ ਇਸ ਵਕਤ ਚੋਣ ਮੈਦਾਨ ਚ ਉਤਰੇ ਹੋਏ ਅਸੀਂ ਦੇਖੋ ਜੇ ਸਰਦਾਰ ਜਸਵੀਰ ਸਿੰਘ ਜੀ ਸੂਬਾ ਪ੍ਰਧਾਨ ਗੜੀ ਸਾਹਿਬ ਸਾਡੇ ਉਮੀਦਵਾਰ ਬਣੇ ਆ ਅੱਗੇ ਅਸੀਂ ਹਮੇਸ਼ਾ ਹੀ ਅਕਾਲੀ ਦਲ ਬੀਜੇਪੀ ਦੇ ਉਮੀਦਵਾਰ ਨੂੰ ਜਿਤਾਉਂਦਾ ਸੀਗਾ ਕਿਉਂਕਿ ਅਕਾਲੀ ਦਲ ਦੀ ਵੋਟ ਜਿਹੜੀ ਆ ਜਿਹੜੀ ਉਹ ਪਰਸਨਲ ਵੋਟ ਆ ਜਾਂ ਆਪਣੀ ਨਿੱਜੀ ਵੋਟ ਆ ਉਹ ਅਕਾਲੀ ਦਲ ਤਾਂ ਹਮੇਸ਼ਾ ਸਾਡੇ ਨਾਲ ਆ ਹੁਣ ਬਸਪਾ ਦੀ ਆਪਣੀ ਵੋਟ ਪਾ ਕੇ ਬਸਪਾ ਨੂੰ ਜਿਹੜਾ ਉਮੀਦਵਾਰ ਦਿੱਤਾ ਆ ਕਿਉਂਕਿ ਅੱਗੇ ਅਸੀਂ ਬੀਜੇਪੀ ਤੇ ਅਕਾਲੀ ਦਲ ਇਕੱਠੇ ਸੀ ਹੁਣ ਬਸਪਾ ਤੇ ਅਕਾਲੀ ਦਲ ਇਕੱਠੇ ਆ ਸਾਡਾ ਜਿਹੜਾ ਉਮੀਦਵਾਰ ਆ ਉਹਨੂੰ ਅਸੀਂ ਬਹੁਤ ਵੱਡੀ ਮਾਰਜਿਨ ਨਾਲ ਜਿਤਾਵਾਂਗੇ ਕਿਉਂਕਿ ਉਹ ਇੱਕ ਉਹ ਬਹੁਤ ਪੜੇ ਲਿਖੇ ਸੂਝਵਾਨ ਅਤੇ ਛੋਟੀ ਜਿਹੀ ਉਮਰ ਦੇ ਵਿੱਚ ਜਿਹੜੇ ਉਹ ਐਮ ਅਸੀਂ ਉਹਨਾਂ ਨੂੰ ਐਮਐਲਏ ਦੀ ਇਲੈਕਸ਼ਨ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਾਂਗੇ ਤੇ ਉੱਥੇ ਅਸੀਂ ਡਿਪਟੀ ਸੀਐਮ ਵੀ ਬਣਾ ਕੇ ਭੇਜਾਂਗੇ ਬਣਾਵਾਂਗੇ ਕਿਉਂਕਿ ਉਹਨਾਂ ਦੀਆਂ ਲੋਕਾਂ ਦੇ ਵਿੱਚ ਇੱਕ ਵਿਚਾਰਧਾਰਾ ਇੱਕ ਉਹਨਾਂ ਦੇ ਵਿੱਚ ਉਹਨਾਂ ਦੀ ਸੁਭਾਅ ਇੱਕ ਹਰ ਚੀਜ਼ ਨੂੰ ਉਹਨਾਂ ਨੇ ਮੱਦੇ ਨਜ਼ਰ ਰੱਖ ਕੇ ਉਹ ਜਿਹੜੀ ਹੈ ਇਲੈਕਸ਼ਨ ਦੀ ਕੈਂਪੇਨ ਕਰਦੇ ਆ ਉਹਨਾਂ ਦੇ ਨਾਲ-ਨਾਲ ਸਾਡੀ ਕੈਂਪੇਨ ਜਿਹੜੀ ਹੈ ਅਸੀਂ ਵੀ ਡੋਰ ਟੂ ਡੋਰ ਉਹ ਕਰ ਰਹੇ ਆ ਕਿਉਂਕਿ ਸਾਨੂੰ ਜਦੋਂ ਅਸੀਂ ਵਾੜਾ ਵਿੱਚ ਡੋਰ ਟੂ ਡੋਰ ਕਰਨ ਜਾਂਦੇ ਆ ਸਾਨੂੰ ਬਹੁਤ ਵਧੀਆ ਉਤਸ਼ਾਹ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਮੈਨੂੰ ਇਹ ਹੈ ਕਿ ਸਰਦਾਰ ਜਸਵੀਰ ਸਿੰਘ ਗੜੀ ਨੂੰ ਆਪਾਂ ਵਧੀਆ ਦਾ ਮੰਗੇ ਤਾਂ ਕਿ ਕਾਲੀ ਤੇ ਵਸਪਾ ਦੀ ਸਰਕਾਰ ਬਣਾਵਾਂਗੇ ਉਹ ਸਰਕਾਰ ਬਣਾਉਣ ਤੋਂ ਬਾਅਦ ਸਾਡੇ ਅੱਜ ਤੱਕ ਜਿੰਨਾ ਵੀ ਵਾਟਰ ਸਪਲਾਈ ਔਰ ਸੀਵਰੇਜ 100% ਦਿੱਤਾ ਸੀ ਉਹ ਸਾਡੇ ਬਾਦਲ ਸਰਕਾਰ ਟਾਈਮ ਹੀ ਦਿੱਤਾ ਸੀ ਕਿਉਂਕਿ ਜਿੰਨੇ ਵੀ ਕੰਮ ਹੋਏ ਨੇ ਉਹ ਸਾਡੀ ਸਰਕਾਰ ਦੇ ਟਾਈਮ ਹੋਇਆ ਚਾਹੇ ਉਹ ਆਪਾਂ ਨੀਲਾ ਕਾਰਡ ਲਾ ਲਈਏ ਚਾਹੇ ਉਹਨੂੰ ਆਪਾਂ ਸੁਵਿਧਾ ਸੈਂਟਰ ਲਾ ਲਈਏ ਚਾਹੇ ਉਹ ਸਾਂਝ ਕੇਂਦਰ ਲਾ ਲਈਏ ਚਾਹੇ ਉਹ ਸगन ਸਕੀਮ ਲਾ ਲਈਏ ਚਾਹੇ ਉਹਨਾਂ ਦੇ ਵਿੱਚ ਸਿਹਤ ਬੀਮਾ ਲਾ ਲਈਏ ਉਹ ਸਾਡੀ ਪੰਜਾਬ ਸਰਕਾਰ ਜਦੋਂ ਰਹੀ ਹੈ ਸਾਡੀ ਕਾਲੀ ਦਲ ਦੀ ਸਰਕਾਰ ਰਹੀ ਹੈ ਕਿਉਂਕਿ ਜੀ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਮਹਈਆ ਕਰਵਾਈਆਂ ਮੈਨੂੰ ਇੱਕ ਵੀ ਵੋਟਰ ਇਹ ਕਾਨ ਕੇ ਦੱਸ ਦੇਵੇ ਕਿ ਕਾਂਗਰਸ ਦੀ ਸਰਕਾਰ ਨੇ ਇੱਕ ਲਾਈਟ ਵੀ ਲਗਾਉਣੀ ਹੋਵੇ ਕੋਈ ਸਾਬਕਾ ਐਮਸੀ ਜਾਂ ਮੌਜੂਦਾ ਐਮਸੀ ਉਹਨਾਂ ਕੋਲ ਪਹੁੰਚਦਾ ਸੀ ਤੇ ਉਹ ਕਹਿੰਦੇ ਸੀ ਧਾਰੀਵਾਲ ਦੀ ਕੋਠੀ ਜਾਓ ਤਾਂ ਤੁਹਾਡੇ ਘਰ ਇੱਕ ਲਾਈਟ ਲੱਗੂਗੀ ਤੁਹਾਡੇ ਤਾਂ ਵਾਰਡ ਦੇ ਵਿੱਚ ਇੱਕ ਲਾਈਟ ਲੱਗੂਗੀ ਜਿੰਨਾ ਚਿਰ ਸਾਡੀ ਗੱਠ ਜੋੜ ਕਾਲੀ ਤੇ ਭਾਜਪਾ ਦੀ ਰਹੀ ਆ ਨਾ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਨਹੀਂ ਸੀ ਆਈ ਅੱਜ ਤੁਸੀਂ ਜਾ ਕੇ ਦੇਖੋ ਬਾਡਾਂ ਦੇ ਵਿੱਚ ਹਨੇਰਾ ਛਾਇਆ ਹੋਇਆ ਆ ਸਿਰਫ ਵੋਟਾਂ ਮੰਗਣ ਜੋ ਗਈ ਆ ਪਰ ਕੰਮਕਾਰ ਕੋਈ ਨਹੀਂ ਹੈਗਾ ਨੀਲੇ ਕਾਰਡ ਬਾਦਲ ਸਰਕਾਰ ਟਾਈਮ ਬਣੇ ਸੀ ਉਹ ਤਕਰੀਬਨ ਦੇ ਤਕਰੀਬਨ ਸਾਰੇ ਕੱਟੇ ਗਿਆ ਜਿਹੜੇ ਉਹਨਾਂ ਦੇ ਆਪਣੇ ਜਹੇਤੇ ਆ ਉਹਨਾਂ ਦੇ ਕਾਰਡ ਬਣਾਈ ਗਿਆ ਤੁਸੀਂ ਕਿਤੇ ਵੀ ਜਾ ਕੇ ਦੇਖ ਸਕਦੇ ਸੀ ਕਿ ਧਾਰੀਵਾਲ ਦੀ ਕੋਠੀ ਕਾਰਡ ਬਣਦੇ ਸੀ ਦਫ਼ਤਰ ਧਾਰੀਵਾਲ ਦੇ ਦਫ਼ਤਰ ਬਣਿਆ ਹੋਇਆ ਸੀ ਲੋਕਾਂ ਦੇ ਜਿਨ੍ਹਾਂ ਨੂੰ ਜ਼ਰੂਰਤਮੰਦਾਂ ਦੀ ਸੀ ਉਹਨਾਂ ਦੇ ਕਾਰਡ ਨਹੀਂ ਬਣੇ ਸਿਰਫ ਆਪਣੀ ਚਹੇਤਿਆਂ ਦੇ ਬਣਾਈ ਸਾਡੀ ਸਰਕਾਰ ਦੇ ਟਾਈਮ ਕੋਈ ਕਿਸੇ ਨੂੰ ਦੇਖਿਆ ਨਹੀਂ ਗਿਆ ਕਿ ਇਹ ਸਾਡਾ ਆ ਤੁਹਾਡਾ ਆ ਹਰ ਇੱਕ ਦੇ ਕਾਰਡ ਬਣਾਏ ਗਿਆ ਹੁਣ ਅਸੀਂ ਸਾਡੀ ਸਰਕਾਰ ਬਣ ਤੇ ਅਸੀਂ ਗਰੀਬ ਜਨਤਾ ਦੇ ਕਾਰਡ ਬਣਾਵਾਂਗੇ ਆ ਕਾਰਡ ਬਣਾ ਕੇ ਜਿਹੜੀ ਘਰ ਦੀ ਮਹਿਲਾ ਮੁਖੀ ਹੋਗੀ ਉਹਨੂੰ 2000 ਰੁਪਏ ਰਸੋਈ ਦਾ ਖਰਚਾ ਵੀ ਦਿੱਤਾ ਜਾਊਗਾ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਆ ਮੈਂ ਇਹੀ اپੀਲ ਕਰੂੰਗੀ ਉਹਨਾਂ ਨੂੰ ਵੋਟ ਪਾਓ ਜਿਹੜੇ ਤੁਹਾਡੇ ਹਰ ਦੁੱਖ ਸੁੱਖ ਵਿੱਚ ਸਾਂਝੇ ਹੁੰਦੇ ਸੀ ਹੁਣ ਚਾਹੇ ਸगन ਸਕੀਮ ਲਾ ਲਓ ਚਾਹੇ ਤੁਸੀਂ ਇਹ ਦੇਖ ਲਓ ਕਿ 800 ਜੂੰਟ 200 ਜੂੰਟ ਸਾਡੇ ਵੇਲੇ ਦੀ ਮਾਫੀ ਇੱਕ ਮਹੀਨੇ ਦੀ ਤੇ 2 ਮਹੀਨਿਆਂ ਦੀ 400 ਜੂੰਟ ਮਾਫੀ ਉਹਨਾਂ ਨੇ ਅੱਜ ਤੱਕ ਕਰ ਕਿਹਾ ਹੀ ਆ ਬਹੁਤ ਸਾਰੇ ਦੇਖਿਆ ਸੀ ਚੰਨੀ ਨੇ ਪਿਛਲੇ ਬਕਾਇਆ ਬਿੱਲ ਮਾਫ ਕੀਤੇ ਸੀ ਪਰ ਕਿਸੇ ਦਾ ਬਿੱਲ ਜਿਹੜਾ ਮਾਫ ਨਹੀਂ ਹੋਇਆ ਕਿਉਂਕਿ ਲੋਕ ਸਾਡੇ ਕੋਆਂ ਕੇ ਦੱਸਦੇ ਆ ਕਿ ਜਿਹੜੇ ਇਹਨਾਂ ਨੇ ਬਿੱਲ ਮਾਫ ਕੀਤੇ ਸੀ ਉਹ ਬਿੱਲ ਮਾਫ ਨਹੀਂ ਹੋਏ ਇਹ ਜਿਹੜੇ ਬਿੱਲ ਦੀ 200 ਜੂੰਟ ਮਾਫ ਕਰ ਕੀਤੀ ਸੀ ਇਹ ਇਹ ਸਾਡੇ ਬਾਦਲ ਸਰਕਾਰ ਟਾਈਮ ਦੇ ਵਿੱਚ ਹੋਈ ਸੀ ਪਰ ਹੁਣ ਅਸੀਂ 800 ਜੂੰਟ ਜਿਹੜੀ ਆ 2 ਮਹੀਨਿਆਂ ਦੀ ਉਹ ਜਿਹੜੀ ਮਾਫ ਕਰ ਰਹੇ ਆ ਕਿਉਂਕਿ ਅਸੀਂ ਲੋਕਾਂ ਨੂੰ ਕੰਮ ਕਰਕੇ ਦਿਖਾਣੇ ਆ ਕੰਮ ਕਰਨ ਦਾ ਸਾਡਾ ਤਰੀਕਾ ਸਾ ਕੰਮ ਕਰਨ ਦੀਆਂ ਸਾਡੀਆਂ ਜਿਹੜੀਆਂ ਲੋਕਾਂ ਨੂੰ ਅਸੀਂ ਸਹੂਲਤਾਂ ਦਿੰਦੇ ਆ ਲੋਕ ਇਸ ਕਰਕੇ ਦੁਬਾਰਾ ਚਾਹੁੰਦੇ ਨੇ ਕਿ ਜਿਹੜੀ ਇਹ ਕਾਲੀ ਗੱਲ ਤੇ ਬੀ ਬੀਐਸਪੀ ਦੀ ਸਰਕਾਰ ਬਣੇ ਤਾਂ ਕਿ ਜਿਹੜੀਆਂ ਸਾਡੀਆਂ ਸੱਖ ਸਹੂਲਤਾਂ ਸਾਨੂੰ ਮਿਲ ਸਕਣ ਅਕਾਲੀ ਦਲ ਤੇ ਬੋਝਨ ਸਮਾਜ ਪਾਰਟੀ ਜਿਹੜੀ ਧੜੇਬੰਦੀ ਇੱਥੇ ਪਾਰਟੀਆਂ ਦੇ ਵਿੱਚ ਚੱਲ ਰਹੀ ਹੈ ਚਾਹ ਕਾਂਗਰਸ ਦੀ ਗੱਲ ਕੀਤੀ ਜਾਵੇ ਬੀਰਪੀ ਦੀ ਗੱਲ ਕੀਤੀ ਜਾਵੇ ਕਿੰਨਾ ਕੁ ਉਹਦਾ ਫਾਇਦਾ ਲਾ ਲਓਗੇ ਦੇਖੋ ਸਿਆਣਿਆਂ ਨੇ ਕਿਹਾ ਨਹੀਂ ਜਦੋਂ ਆਪਸ ਵਿੱਚ ਦੋ ਜਣੇ ਲੜਦੇ ਆ ਨਾ ਤੇ ਕੋਈ ਟੁਕੜਾ ਤਾਂ ਕੋਈ ਨਾ ਕੋਈ ਬੰਦਾ ਲੈ ਹੀ ਜਾਂਦਾ ਆ ਕਿਉਂਕਿ ਸਾਨੂੰ ਅਸੀਂ ਉਸ ਚੀਜ਼ ਨੂੰ ਵੀ ਲੈ ਕੇ ਸਾਨੂੰ ਬੈਨੀਫਿਟ ਆ ਤੇ ਬਾਕੀ ਸਾਡੇ ਵੋਟਰ ਸਪੋਰਟਰਾਂ ਦੇ ਵਿੱਚ ਜਿੰਨਾ ਕਿ ਉਤਸ਼ਾਹ ਆ ਨਾ ਸਰਕਾਰ ਨੂੰ ਸਾਡੀ ਨੂੰ ਕੰਮਾਂ ਨੂੰ ਦੇਖ ਕੇ ਲੋਕ ਆਪਣੇ ਆਪ ਖੜ ਖੜ ਕੇ ਮੋੜਦੇ ਸਾਨੂੰ ਇਹ ਕਹ ਰਹੇ ਨੇ ਕਿ ਤੁਸੀਂ ਚਿੰਤਾ ਨਾ ਕਰੋ ਜਿਹੜੀ ਵੋਟ ਆ ਉਹ ਤੁਹਾਡੀ ਹੋਵੇਗੀ ਕਿਉਂਕਿ ਸਾਨੂੰ ਇਸ ਗੱਲ ਦਾ ਬਹੁਤ ਵਿਸ਼ਵਾਸ ਆ ਕਿ ਲੋਕਾਂ ਨੂੰ ਕੰਮ ਚਾਹੀਦਾ ਚੰਮ ਨਹੀਂ ਚਾਹੀਦਾ ਸਾਡੀ ਸਰਕਾਰ ਕੰਮ ਕਰ ਰਹੀ ਹੈ ਤੇ ਸਾਨੂੰ ਆਪਣੇ ਆਪ ਨੇਚਰਲੀ ਸਾਡੀ ਸਰਕਾਰ ਬਣੂਗੀ ਅਸੀਂ ਅੱਗੇ ਤੋਂ ਵੱਧ ਵੱਧ ਲੋਕਾਂ ਦੇ ਕੰਮ ਕਰਾਂਗੇ ਇਸ ਕਰਕੇ ਮੈਂ ਇਹੀ ਵਾਰ-ਵਾਰ ਇਹੀ ਕਹੂੰਗੀ ਕਿ ਅਪੀਲ ਵੀ ਕਰਦੀ ਆ ਤੇ ਨਾਲ ਨਾਲ ਇਹ ਵੀ ਆਸ ਰੱਖਦੀ ਆ ਕਿ ਵਾਇਗੁਰੂ ਸੱਚੇ ਪਾਤਸ਼ਾਹ ਜਿਹੜੀ ਉਹ ਸਾਡੀ ਸਰਕਾਰ ਵੀ ਬਣਾਊਗਾ ਤੇ ਅਸੀਂ ਲੋਕਾਂ ਨੂੰ ਸੱਖ ਸੁਵਲਤਾ ਵੀ ਦੇਵਾਂਗੇ ਚਾਹੇ ਉਹ ਸਿਹਤ ਬੀਮਾ ਹੋਵੇ ਸਿਹਤ ਬੀਮਾ ਸਾਡੀ ਸਰਕਾਰ ਵੱਲੋਂ ਉਹਨਾਂ ਨੂੰ 10 ਲੱਖ ਦਾ ਸਿਹਤ ਬੀਮਾ ਕੀਤਾ ਜਾਊਗਾ ਜੇ ਕਿਸੇ ਗਰੀਬ ਪਰਿਵਾਰ ਜਿਹੜਾ ਆ ਉਹ ਕਿਤੇ ਵੱਡੇ ਹਸਪੀਟਲ 'ਚ ਜਾ ਕੇ ਇਲਾਜ ਨਹੀਂ ਕਰਵਾ ਸਕਦਾ ਪਰ ਇਹ ਆ ਕਿ ਹੁਣ ਬਿਨਾਂ ਇਲਾਜ ਤੋਂ ਕੋਈ ਬੰਦਾ ਜਿਹੜਾ ਆ ਉਹ ਨਹੀਂ ਮਰ ਸਕਦਾ ਕਿਉਂਕਿ ਇਹ ਚੀਜ਼ ਦੇ ਲੈ ਕੇ ਚੱਲਾਂਗੇ ਉਹ ਆਪਣਾ ਇਲਾਜ ਜ਼ਰੂਰ 10 ਲੱਖ ਦਾ ਕਰਵਾ ਸਕਦਾ ਆ ਫਿਰ ਦੇਖੋ ਜੇ ਸੀ ਸਰਕਾਰ ਸਰਕਾਰੀ ਹਸਪਤਾਲ ਦੇ ਵਿੱਚ ਜਾਓ ਉੱਥੇ ਤੁਹਾਨੂੰ ਕੋਈ ਬੈੱਡ ਦੀ ਮਿਲੇ ਜਾ ਕੇ ਦੇਖ ਲਓ ਕਿ ਇੱਕ ਬੈੱਡ ਦੇ ਉੱਤੇ ਚਾਰ-ਚਾਰ ਪੇਸ਼ੈਂਟ ਬੈਠੇ ਹੁੰਦੇ ਆ ਕੋਈ ਸੌਖ ਸੁਵਲਤ ਨਹੀਂ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ 500 ਬੈੱਡ ਸਰਕਾਰੀ ਹਸਪਤਾਲ ਨੂੰ ਜਿਹੜਾ ਉਹ ਮਹਈਆ ਕਰਵਾਵਾਂਗੇ ਇੱਕ ਸਾਡੇ ਜਦੋਂ ਸਾਡੀ ਸਰਕਾਰ ਬਣਦੀ ਆ ਤੇ ਫਗਵਾੜੇ ਨੂੰ ਇੱਕ ਜ਼ਿਲ੍ਹਾ ਵੀ ਬਣਾਵਾਂਗੇ ਕਿਉਂਕਿ ਜ਼ਿਲ੍ਹਾ ਬਣੂਗਾ ਅਸੀਂ ਦੇਖੋ ਇੱਥੇ ਜਲੰਧਰ ਜਾਂਦੇ ਆ ਜਲੰਧਰ ਤੋਂ ਕਪੂਰਥਲਾ ਜਾਂਦੇ ਆ ਇਸ ਕਰਕੇ ਉੱਥੇ ਦੇਖੋ ਉੱਥੇ ਦੀ ਜਿੰਨੇ ਕੁ ਲੋਕ ਦੀ ਉੱਥੇ ਦੀ ਆਬਾਦੀ ਲਾ ਲਓ ਤੇ ਤੁਸੀਂ ਫਗਵਾੜੇ ਦੀ ਆਬਾਦੀ ਲਾ ਲਓ ਇਸ ਕਰਕੇ ਜੀ ਜਿਹੜੀ ਸਾਡੀ ਇਹ ਹੈਗੀ ਆ ਲੋਕਾਂ ਨੂੰ ਸਹੂਲਤ ਫਗਵਾੜੇ ਨੂੰ ਜ਼ਿਲ੍ਹਾ ਬਣਾਣ ਦੀ ਇਹ ਅਸੀਂ ਜ਼ਿਲ੍ਹਾ ਬਣਾ ਕੇ ਦੇਵਾਂਗੇ ਤਾਂ ਕਿ ਲੋਕ ਕਪੂਰਥਲਾ ਜਾਣ ਦੀ ਬਜਾਏ ਫਗਵਾੜੇ ਦੇ ਵਿੱਚ ਹੀ ਆਪਣਾ ਕੰਮ ਕਰਵਾਣਗੇ ਅੱਛਾ ਐਮਸੀ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਬੜਾ ਵੱਡਾ ਮੁੱਦਾ ਬਣਿਆ ਹੋਇਆ ਹੈ ਕਿ ਜਿਹੜਾ ਪੰਜਾਬ ਸਰਕਾਰ ਆ ਆਪਣੇ ਸਰਕਾਰ ਦੇ ਟਾਈਮ ਤੇ ਫਗਵਾੜਾ ਦੇ ਜਿਹੜਾ ਕੌਂਸਲਰ ਇਲੈਕਸ਼ਨ ਆ ਉਹ ਹੀ ਨਹੀਂ ਕਰਵਾ ਸਕੀ ਉਹ ਦੇਖੋ ਜੀ ਕੌਂਸਲਰ ਇਲੈਕਸ਼ਨ ਜਿਹੜੀ ਆ 2015 ਦੇ ਵਿੱਚ ਹੋਈ ਸੀ 2020 ਦੇ ਵਿੱਚ ਹੋਣੀ ਸੀ ਸਿਰਫ ਇਹਨਾਂ ਦੀਆਂ ਨਲਾਕੀਆਂ ਕਾਰਨ ਇਹ ਜਿਹੜਾ ਪੰਜਾਬ ਦੇ ਵਿੱਚ ਜੇ ਆਪਣੀ ਸਰਕਾਰ ਸਮਝਦੇ ਆ ਕਿ ਕਾਂਗਰਸੀ ਸਰਕਾਰ ਆ ਸਭ ਤੋਂ ਦੇਖੋ ਕਿੰਨੀ ਮਾੜੀ ਸਰਕਾਰ ਆ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਕਰਾ ਸਕੀ ਉਹ ਇੱਕ ਘਰ ਦੀਆਂ ਵੋਟਾਂ ਜਿਹੜੀਆਂ ਅੱਠ-ਅੱਠ ਜਗ੍ਹਾ ਵੰਡੀਆਂ ਪਈਆਂ ਸੀ ਉਹ ਧੱਕਾ ਕਰਨ ਕਰਕੇ ਇਹ ਜਿਹੜੀ ਕਾਰਪੋਰੇਸ਼ਨ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਹੋਈ ਇਹ ਕਾਂਗਰਸੀ ਹਮੇਸ਼ਾ ਧੱਕਾ ਕਰਦੇ ਆਇਆ ਇਸੀ ਕਰਕੇ ਤਾਂ ਤੁਸੀਂ ਦੇਖ ਲਓ ਕਿ ਇਹ ਜੇ ਕਿਥੇ ਦਾ ਐਮ.ਐਲ.ਏ. ਇੱਥੇ ਦਾ ਵਿਧਾਇਕ ਹੋਗਾ ਉਹ ਆਪਣੇ ਆਪਣੇ ਟਾਈਮ ਦੇ ਵਿੱਚ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਕਰਵਾ ਸਕਦਾ ਤੇ ਦੱਸੋ ਇਸ ਤੋਂ ਵਧੀਆ ਐਮ.ਐਲ.ਏ. ਕਿਹੜਾ ਹੋ ਸਕਦਾ ਇਹ ਤਾਂ ਸਭ ਤੋਂ ਨਲਾਕ ਐਮ.ਐਲ.ਏ. ਗਿਣਿਆ ਗਿਆ ਕਿਉਂਕਿ ਜੇ ਕਿ ਉਹ ਆਪਣੇ ਹੁੰਦੇ ਆ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਕਰਾ ਰਿਹਾ ਸਾਡੀ ਸਰਕਾਰ ਬਣਦੀ ਆ ਤੇ ਅਸੀਂ ਜਲਦੀ ਹੀ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਕਰਾਵਾਂਗੇ ਆਪਣਾ ਮੇਅਰ ਵੀ ਬਣਾਵਾਂਗੇ ਆਪਣਾ ਸੀਨੀਅਰ ਡਿਪਟੀ ਮੇਅਰ ਵੀ ਬਣਾਵਾਂਗੇ ਅਸੀਂ ਇਸ ਚੀਜ਼ ਨੂੰ ਪਰਮਾਤਮਾ ਦੇ ਤੋਂ ਡਰ ਕੇ ਕਹਿੰਦੇ ਆ ਕਿ ਸਰਕਾਰ ਬਣ ਤੋਂ ਬਾਅਦ ਜਲਦੀ ਹੀ ਸਾਡੀ ਇਲੈਕਸ਼ਨ ਜਿਹੜੀ ਆ ਕਾਰ ਦੀ ਆ ਚੁਕੀ ਪਰ ਦੋਸ਼ ਲੱਗ ਰਿਹਾ ਹੈ ਕਹਿੰਦੇ ਜੀ ਜਿਹੜੇ ਸਰਕਾਰ ਰਹੀ ਹੈ ਉਹਨਾਂ ਨੇ 100000 ਰੁਪਏ ਕਾਉਂਸਲਰ ਤੋਂ ਇੱਕ ਫੰਡ ਵੀ ਲੈ ਲਿਆ ਹੈ ਅੱਜ ਵੀ ਇੱਥੇ ਇੱਕ ਰੈਲੀ ਦੇ ਵਿੱਚ ਵੀ ਜਿਹੜੇ ਕਾਂਗਰਸ ਦੇ ਵਿੱਚ ਗਏ ਸੀ ਉਹਨੂੰ ਦੁਬਾਰਾ ਭਾਜਪਾ ਵਿੱਚ ਆ ਗਏ ਉਹਨਾਂ ਨੇ ਸ਼ਰਮ ਸਟੇਜ ਤੋਂ ਇਹ ਗੱਲ ਕਹੀ ਹੈ ਕਿ 7 ਲੱਖ ਰੁਪਏ ਤੋਂ ਵੱਧ ਜਿਹੜਾ ਹੈ ਫੰਡ ਇੱਥੇ ਇਕੱਠਾ ਕੀਤਾ ਹੋਇਆ ਹੈ ਇੱਕ ਇੱਕ ਕਾਉਂਸਲਰ ਦੇ ਕੋਲੋਂ 10000 ਦੇ ਹਿਸਾਬ ਨਾਲ ਮੈਂ ਕਹਾਂ ਜੀ ਇਹ ਬਿਲਕੁਲ ਝੂਠ ਹੈ ਹੁਣ ਉਹ ਬੁਖਲਾੜ ਚ ਕਾਂਗਰਸੀ ਆਏ ਹੋਇਆ ਹੋਰ ਵੀ ਜਿਹੜੇ ਕਾਂਗਰਸ ਨੇ ਨਹੀਂ ਜਿਹੜੇ ਕਾਂਗਰਸ ਚੋਂ ਬੀਜੇਪੀ ਤੋਂ ਕਾਂਗਰਸੇ ਗਏ ਸੀਗੇ ਹੁਣ ਮੁੜ ਕੇ ਬੀਜੇਪੀ ਚ ਆ ਗਏ ਉਸ ਜਿਹੜਾ ਕਹਿਦੀ ਹੈ ਕਾਉਂਸਲਰ ਸੀਗਾ ਉਹਨਾਂ ਨੇ ਇਹ ਸ਼ਰਿਆਮ ਸਟੇਜ ਤੋਂ ਅੱਜ ਇਹ ਗੱਲ ਕਾਂਗਰਸ ਤੇ ਐਲੀਗੇਸ਼ਨ ਲਾਇਆ ਹੈ ਦੇਖੋ ਮੇਰੀ ਗੱਲ ਸੁਣੋ ਜਦੋਂ ਉਹ ਭਾਜਪਾ ਛੱਡ ਕੇ ਕਾਂਗਰਸ 'ਚ ਗਏ ਸੀ ਉਹਨਾਂ ਨੂੰ ਕਾਂਗਰਸ ਚੰਗੀ ਲੱਗੀ ਹੁਣ ਕਾਂਗਰਸ ਛੱਡ ਕੇ ਭਾਜਪਾ 'ਚ ਚਲੇ ਗਏ ਆ ਇਹ ਤਾਂ ਆਪਾਂ ਇੱਕ ਦੂਜੇ ਤੇ ਐਲੀਗੇਸ਼ਨ ਲਾਣੇ ਆ ਜਦੋਂ ਆਪਣਾ ਮਨ ਸਾਫ਼ ਹੋਵੇ ਨਾ ਤੇ ਆਪਾਂ ਇਹ ਚੱਲਾਂਗੇ ਕਿ ਸਾਡੇ ਨਾਲ ਸਾਡਾ ਪਰਮਾਤਮਾ ਖੜਾ ਮਨ ਸਾਫ਼ ਕਰਕੇ ਕਰੋ ਕਿ ਇੱਕ ਦੂਸਰੇ ਤੇ ਐਲੀਗੇਸ਼ਨ ਨਾ ਲਾਓ ਪਰਮਾਤਮਾ ਦੀ ਹਾਜ਼ਰ ਨਾਜ਼ਰ ਕਰਕੇ ਆਪਾਂ ਇਲੈਕਸ਼ਨ ਲੜੀਏ ਤੇ ਪਰਮਾਤਮਾ ਹਮੇਸ਼ਾ ਉਹਨੂੰ ਚੜ੍ਹਦੀ ਕਲਾ ਬਖਸ਼ਦਾ ਆ ਜੇ ਆਪਾਂ ਮੈਂ ਐਲੀਗੇਸ਼ਨ ਲਾਉਂਗੀ ਕਿ ਉਹਨੇ ਆ ਕੀਤਾ ਉਹਨੇ ਆ ਕੀਤਾ ਇਹ ਸਾਡੇ ਲਈ ਗਲਤ ਆ ਜਦੋਂ ਅਸੀਂ ਇੱਕ ਦੂਜੇ ਦੀ ਆਪਣੀ ਪਾਰਟੀ ਦਾ ਵजूद ਹੁੰਦਾ ਆਪਣੀ ਪਾਰਟੀ ਵਿੱਚ ਹੀ ਰਹਿ ਕੇ ਲੜੋ ਜੇ ਆਪਣੇ ਘਰ ਵਿੱਚ ਚਾਰ ਪਰਿਵਾਰ ਦੇ ਜੀ ਆ ਤੇ ਆਪਾਂ ਉਦੋਂ ਵੀ ਲੜਦੇ ਆ ਪਰ ਪਾਰਟੀਆਂ ਜਿਹੜੇ ਛੱਡ ਕੇ ਜਾਂਦੇ ਆ ਉਹਨਾਂ ਨੂੰ ਉਦੋਂ ਕਾਂਗਰਸ ਚੰਗੀ ਲੱਗਦੀ ਸੀ ਹੁਣ ਉਹਨਾਂ ਨੂੰ ਭਾਜਪਾ ਚੰਗੀ ਲੱਗਦੀ ਆ ਇਸ ਕਰਕੇ ਮੈਂ ਤਾਂ ਇਹ ਭਰਾਵਾਂ ਨੂੰ ਇਹੀ ਅਪੀਲ ਕਰੂੰਗੀ ਕਿ ਇਹ ਚੀਜ਼ਾਂ ਜਿਹੜੀਆਂ ਇੱਕ ਦੂਸਰੇ ਤੇ ਅਲੀਕੇਸ਼ਨ ਲਾਣੇ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਆ 20 ਤਰੀਕ ਦੇ ਲਈ ਕੀ ਅਪੀਲ ਕਰਾਂਗੇ ਆਪਣੇ ਵੋਟਰਾਂ ਨੂੰ ਮੈਂ 20 ਤਰੀਕ ਨੂੰ ਇਹੀ ਅਪੀਲ ਕਰੂੰਗੀ ਕਿ ਤੁਸੀਂ ਸਾਰੇ ਮੇਰੇ ਭੈਣ ਭਰਾ ਸਵੇਰੇ 7 ਵਜੇ ਪੋਲਿੰਗ ਜਿਹੜੀ ਉਹ ਸ਼ੁਰੂ ਹੋ ਜਾਣੀ ਆ ਸ਼ਾਮੀ 6 ਵਜੇ ਜਿਹੜੀ ਇਹ ਪੋਲਿੰਗ ਖਤਮ ਹੋਣੀ ਆ ਹਰ ਬੰਦਾ ਹਾਥੀ ਦਾ ਬਟਨ ਇੱਕ ਨੰਬਰ ਤੇ ਆ ਇੱਕ ਨੰਬਰ ਤੇ ਹੀ ਹਾਥੀ ਲਿਆਉਣਾ ਤੇ ਇੱਕ ਨੰਬਰ ਤੇ ਹੀ ਵੋਟਾਂ ਹਾਥੀ ਨੂੰ ਪਾ ਕੇ ਆਪਾਂ ਸਰਦਾਰ ਜਸਵੀਰ ਸਿੰਘ ਗੜੀ ਨੂੰ ਕਾਮਯਾਬ ਕਰੀਏ ਤਾਂ ਕਿ ਜਿਹੜੇ ਉਹ ਇੱਕ ਦਲਤ ਪਰਿਵਾਰ ਦੇ ਉੱਤੋਂ ਇੱਕ ਗਰੀਬ ਪਰਿਵਾਰ ਦੇ ਵਿੱਚ ਆਏ ਆ ਉਹਨਾਂ ਨੂੰ ਗਰੀਬ ਦੇ ਹਰ ਦੁੱਖ ਸੁੱਖ ਦਾ ਪਤਾ ਹੈ ਇਸ ਕਰਕੇ ਮੈਂ ਇਹੀ ਅਪੀਲ ਕਰੂੰਗੀ ਕਿ ਇੱਕ ਨੰਬਰ ਦਾ ਬਟਨ ਹਾਥੀ ਦਵਾ ਕੇ ਆਪਾਂ ਹਾਥੀ ਨੂੰ ਕਾਮਜਾਬ ਕਰੀਏ ਤੇ ਆਪਾਂ ਆਪਣੀ ਸਰਕਾਰ ਜਿਹੜੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਾਈਏ ਤਾਂ ਕਿ ਇਹ ਸਰਕਾਰ ਬਣਾਉਣ ਤੋਂ ਬਾਅਦ ਆਪਾਂ ਜਿਹੜੀਆਂ ਸਹੂਲਤਾਂ ਪ੍ਰਾਪਤ ਕਰ ਸਕੀਏ ਤੇ ਸਰਦਾਰ ਸੁਖਵੀਰ ਸਿੰਘ ਜੀ ਨੂੰ ਜਿਹੜਾ ਆਪਾਂ ਮੁੱਖ ਮੰਤਰੀ ਬਣਾਈਏ ਸਰਦਾਰ ਜਸਵੀਰ ਸਿੰਘ ਜੀ ਨੂੰ ਆਪਾਂ ਜਿਹੜਾ ਆ ਉਹ ਡਿਪਟੀ ਸੀਐਮ ਬਣਾ ਕੇ ਆਪਣੇ ਫਗਵਾੜੇ ਦੀ ਸ਼ਾਨ ਬਣਾਈਏ ਧੰਨਵਾਦ ਸਾਡਾ ਗੱਲਬਾਤ ਕਰਨ ਲਈ ਇਹਨਾਂ ਸਾਡੇ ਨਾਲ ਸਾਬਕਾ ਕਾਉਂਸਲਰ ਮੈਡਮ ਸਰਵਜੀਤ ਕੋਰ ਜਿਨ੍ਹਾਂ ਨੇ ਕਿਹਾ ਕਿ ਜਿਹੜਾ 20 ਤਰੀਕ ਨੂੰ ਇੱਕ ਇੱਕ ਵੋਟਰ ਜਿਹੜਾ ਹੈ ਇਥੋਂ ਸ਼ਰਮਣੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਜਮ ਮੀਤਵਾਰ ਦੇ ਜਸਵੀਰ ਸਿੰਘ ਗਾੜੀ ਦੇ ਹੱਕ ਦੇ ਵਿੱਚ ਆਪਣਾ ਫਤਵਾ ਦੇਣਗੇ ਤੇ 10 ਤਰੀਕ ਨੂੰ ਜਿਹੜੇ ਨਤੀਜੇ ਆ ਉਹ ਸ਼ਰਮਣੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹੱਕ ਦੇ ਵਿੱਚ ਆਉਗੇ ਫਗਵਾੜਾ ਤੋਂ ਕੈਮਰਾਮੈਨ ਰਮਨ ਦੇ ਨਾਲ ਮਨੀਸ਼ 바ਵਾ ਨਵਰੰਗ ਟੀਵੀ